ਹਾਲਾਂਕਿ ਇੱਕ ਕਾਲ ਆਉਂਦੀ ਹੈ ਕਿ ਸਸਪੈਕਟ ਇੱਥੇ ਪਿਆ ਹੋਇਆ, ਉਸ ਤੋਂ ਬਾਅਦ ਪੂਰਾ ਏਰੀਆ ਉਸ ਪੂਰੇ ਏਰੀਆ ਨੂੰ ਖਾਲੀ ਕਰਾ ਕੇ ਇਹ ਪੂਰਾ ਜਿਹੜਾ ਸੈੱਲ ਸਿਵਲ ਡਿਫੈਂਸ ਹੈ, ਆਪਰੇਸ਼ਨ ਸੈੱਲ ਹੈ, ਕੁਇਕ ਰਿਐਕਸ਼ਨ ਟੀਮ ਹੈ ਚੰਡੀਗੜ੍ਹ ਪੁਲਿਸ ਦੀ, ਫਾਇਰ ਦੀ ਜਿਹੜੀ ਗੱਡੀਆਂ ਉਹ ਮੌਕੇ ਤੇ ਪਹੁੰਚ ਕੇ ਪੂਰਾ ਜਿਹੜੀ ਘੇਰਾਬੰਦੀ ਉਹ ਕੀਤੀ ਜਾ ਚੁੱਕੀ ਹੈ। ਤਸਵੀਰਾਂ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਕਿ ਪੂਰੀ ਚੰਡੀਗੜ੍ਹ ਪੁਲਿਸ ਨੇ ਇਹ ਪੂਰਾ ਘੇਰਾ ਪਾ ਲਿਆ, ਫਾਇਰ ਦੀ ਗੱਡੀਆਂ ਦੇ ਨਾਲ ਨਾਲ ਕਵਚ, ਆਪਰੇਸ਼ਨ ਸੈੱਲ, ਹੋਰ ਜਿਹੜੇ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਅਲਰਟਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ। ਚੰਡੀਗੜ੍ਹ ਦਾ ਕਾਫੀ ਏਰੀਆ ਸੈਂਸਿਟਿਵ ਹੈ ਗੁਰਜੋਤ, ਕਿਉਂਕਿ ਬਾਰਡਰ ਏਰੀਆ ਪੈਂਦਾ ਪੰਜਾਬ ਦਾ ਵੀ, ਹਰਿਆਣਾ ਦਾ ਵੀ, ਹਿਮਾਚਲ ਦਾ ਵੀ, ਇਸ ਕਰਕੇ ਸੁਖਨਾ ਲੇਕ ਬਹੁਤ ਜ਼ਿਆਦਾ ਸੈਂਸਿਟਿਵ ਹੋ ਜਾਂਦਾ। ਇੱਕ ਕਾਲ ਆਈ ਸੀ 10:30 ਕਰੀਬ 10:35 ਤੇ ਕਿ ਇੱਕ ਸਸਪੈਕਟ ਇੱਥੇ ਮਿਲਿਆ, ਰਿਕਵਰ ਹੋਇਆ, ਜਿਸ ਤੋਂ ਬਾਅਦ ਜਿੰਨੀ ਵੀ ਜਿਹੜੀ ਕੁਇਕ ਰਿਐਕਸ਼ਨ ਟੀਮ ਹੈ ਔਰ ਜਿੰਨੇ ਵੀ ਸਾਰੇ ਜਿਹੜੇ ਹੈ ਉਹ ਸਾਰਿਆਂ ਨੂੰ ਜਿਹੜਾ ਅਲਰਟ ਕੀਤਾ ਗਿਆ, ਔਰ ਸਾਰੀ ਟੀਮਾਂ ਸਿਵਲ ਡਿਫੈਂਸ ਦੀ ਟੀਮਾਂ, ਤਸਵੀਰਾਂ ਤੁਸੀਂ ਵੇਖੋ ਕਿ ਸਿਵਲ ਡਿਫੈਂਸ ਦੀ ਟੀਮਾਂ ਇਹ ਪੂਰਾ ਘੇਰਾ ਪਾ ਲਿਆ ਗਿਆ, ਔਰ ਸੀਨੀਅਰ ਅਫਸਰ ਵੀ ਇੱਥੇ ਮੌਜੂਦ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਡੀਐਸਪੀ ਅਭਿਨੰਦਨ ਜੀ, ਰੈਸਕਿਊ ਟੀਮ ਦੇ ਐਸ ਕੋਹਲੀ ਜੀ, ਸਰ ਕਿਉਂਕਿ ਇੱਕ ਇਨਫੋਰਮੇਸ਼ਨ ਸੀ ਕਾਲ ਦੀ, ਪੂਰਾ ਅਭੀ ਤੱਕ ਕਿਆ ਇਨਵੈਸਟੀਗੇਸ਼ਨ ਮੈਂ ਆਇਆ? ये एक ऑपरेशन सेल का एक मॉक ड्रिल है, हम 15 अगस्त को लेके जो भी प्रिपेरेडनेस है हमारा, जो भी प्रिपेरेडनेस और स्टैंडर्ड ऑपरेटिंग प्रोसीजर्स का कितना सक्सेसफुली इसको ड्रिल को रन कर पा रहे हैं, उसको टेस्ट करने के लिए एक मॉक ड्रिल करते हैं जी। तो इस मॉक ड्रिल में जैसे ही सस्पेक्टेड आइटम के बारे में एक मैसेज फ्लैश होने के बाद हमारा ऑपरेशन सेल, क्विक रिएक्शन टीम, फायर फाइटिंग, एम्बुलेंसेस, ये सब कितना टाइम में पहुंच रहे हैं उसको टेस्ट करते हैं हम जी। तो अभी तक स्टैंडर्ड ऑपरेटिंग प्रोसीजर के अकॉर्डिंग ठीक से चल रहा है जी। तो ये ड्रिल खत्म होने के बाद हम ये भी चेक करेंगे कि कितना शॉर्ट कमिंग्स है और क्या क्या इम्प्रूवमेंट्स कर सकते हैं उसको भी हम। सर कौन कौन सी टीमें अभी तक पहुंची हैं यहाँ पर? एक तो ऑपरेशन सेल से क्विक रिएक्शन टीम है और लोकल पुलिस है पीएस लेक चौकी से, और उसके अलावा फायर फाइटर्स है, एनडीआरएफ का टीम है, एम्बुलेंस है, और बॉम्ब डिस्पोजल स्क्वाड भी आ गया, अभी अंदर जाते हुए आप देखे होंगे जी। हमारा मेन पर्पज होता है कि कोई अगर कैजुअलिटी होती है तो उसको वहां से निकाल के उसको फटाफट हॉस्पिटल पहुंचाना विद लेस ऑफ द टाइम, ताकि उसकी जान बच सके। तो कितनी टीमें एम्बुलेंस वगैरह सारी एम्बुलेंसेज वगैरह डॉक्टर्स एम्बुलेंसेज फायर हमारी पुलिस सारे वी आर ऑल द लाइन ऑफ डिपार्टमेंट यहाँ पे प्रेजेंट हो। ठीक है, तो गुरजोत पूरा एरिया पहले थोड़ा दिखा दिए कि पूरा ऑपरेशन सेल वालों ये पूरा एरिया सील कर दिया गया, जिदा सर ने भी दसा कि प्रिपेरेशन बहुत जरूरी है और ये सेंसिटिव एरिया सुखना लेक की असं गल करिए, बिल्कुल ना लगता लेक क्लब है, बहुत सेंसिटिव एरिया, बाहर तो लोग ही आते हैं, और जब एक मैसेज फ्लैश हों ਉਸ ਤੋਂ ਬਾਅਦ ਕਿੰਨੀ ਕੁ ਦੇਰ ਟੀਮਾਂ ਪਹੁੰਚਦੀਆਂ, ਕਿਉਂਕਿ ਕਰੈਕਸ਼ਨ ਟੀਮ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਰਹਿੰਦਾ, ਫਾਇਰ ਦੀ ਜਿਹੜੀ ਗੱਡੀਆਂ ਉਹ ਕਿਸ ਤਰ੍ਹਾਂ ਦੀ ਪਹੁੰਚਦੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੂਰਾ ਤਸਵੀਰਾਂ ਹਾਲਾਂਕਿ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ, ਲੇਕਿਨ ਇਹ ਪੂਰੀ ਜਿਹੜੀ ਬਿਲਡਿੰਗ ਹੈ ਲੇਕ ਕਲੱਬ ਦੀ, ਇਸ ਨੂੰ ਪੂਰਾ ਘੇਰਾ ਪਾ ਲਿਆ ਗਿਆ ਔਰ ਅੰਦਰ ਪੂਰਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ, ਕਿਉਂਕਿ ਗੁਰਜੋਤ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਲਾਅ ਐਂਡ ਆਰਡਰ ਨੂੰ ਅਸੀਂ ਕਿਸ ਤਰ੍ਹਾਂ ਮੇਨਟੇਨ ਕਰਨਾ, ਜੇਕਰ ਇਸ ਤਰ੍ਹਾਂ ਦੀ ਕੋਈ ਵੀ ਕੋਈ ਚੀਜ਼ ਹੁੰਦੀ ਹੈ ਤਾਂ ਕਿਸ ਤਰ੍ਹਾਂ ਦੀ ਪ੍ਰਿਪੇਅਰਨੈਸ ਹੈਗੀ ਹੈ, ਕਿਸ ਤਰ੍ਹਾਂ ਦੀ ਕੁਇਕ ਰਿਐਕਸ਼ਨ ਟੀਮ ਕੰਮ ਕਰ ਰਹੀ ਹੈ, ਕਿਸ ਤਰ੍ਹਾਂ ਰੈਸਕਿਊ ਟੀਮ ਕੰਮ ਕਰ ਰਹੀ ਹੈ, ਕਿਸ ਤਰ੍ਹਾਂ ਸਿਵਲ ਡਿਫੈਂਸ ਕੰਮ ਕਰ ਰਿਹਾ ਹੈ, ਕਿਸ ਤਰ੍ਹਾਂ ਐਂਬੂਲੈਂਸ ਜਿਹੜੀ ਮੈਡੀਕਲ ਟੀਮਾਂ ਕੰਮ ਕਰ ਰਹੀ ਹੈ, ਕਿਸ ਤਰ੍ਹਾਂ ਬੌਂਬ ਸਕਿਊਡ ਕੰਮ ਕਰ ਰਿਹਾ ਹੈ, ਬਹੁਤ ਜ਼ਰੂਰੀ ਹੋ ਜਾਂਦਾ, ਇਸ ਕਰਕੇ ਪੂਰਾ ਏਰੀਆ ਨੂੰ ਸੀਲ ਕਰਕੇ ਔਰ ਇਹ ਪੂਰੀ ਕਵਚ ਗੱਡੀਆਂ, ਫਾਇਰ ਦੀ ਗੱਡੀਆਂ, ਐਂਬੂਲੈਂਸ ਗੱਡੀਆਂ ਕਿੰਨੀ ਦੇਰ ਤੱਕ ਪਹੁੰਚ ਰਹੀਆਂ, ਜੇਕਰ ਕੋਈ ਸੈਂਸਿਟਿਵ ਚੀਜ਼ ਹੁੰਦੀ ਹੈ, ਕਿਉਂਕਿ 10:30 ਕਰੀਬ ਜਦ ਇਹ ਫਲੈਸ਼ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਕੁਇਕ ਰਿਐਕਸ਼ਨ ਟੀਮ, ਹੋਰ ਵੀ ਜਿਹੜੀ ਆਪਰੇਸ਼ਨ ਸੈੱਲ ਹੈ, ਚੰਡੀਗੜ੍ਹ ਪੁਲਿਸ, ਰੈਸਕਿਊ ਟੀਮ, ਪ੍ਰਸ਼ਾਸਨ ਅਧਿਕਾਰੀ ਉਹ ਮੌਕੇ ਤੇ ਪਹੁੰਚ ਕੇ ਇਹ ਪੂਰਾ ਏਰੀਆ, ਇਸ ਪੂਰੇ ਏਰੀਆ ਨੂੰ ਸੀਲ ਕਰ ਦਿੱਤਾ ਗਿਆ, ਔਰ ਤਸਵੀਰਾਂ ਤੁਸੀਂ ਵੇਖੋ ਜਿੰਨੀ ਵੀ ਗੱਡੀਆਂ ਖੜੀਆਂ, ਕਵਚ ਦੀ
ਗੱਡੀਆਂ, ਫਾਇਰ ਦੀ ਗੱਡੀਆਂ, ਐਂਬੂਲੈਂਸ ਦੀ ਗੱਡੀਆਂ, ਇਹਨਾਂ ਦਾ ਮਕਸਦ ਇਹੀ ਹੈ ਕਿ ਬਿਲਕੁਲ ਘੱਟ ਜੇਕਰ ਕੋਈ ਸਸਪੈਕਟ ਇਸ ਤਰ੍ਹਾਂ ਦੀ ਚੀਜ਼ ਮਿਲਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਸਸਪੈਕਟ ਆਈਟਮ ਮਿਲਦਾ ਦਿਖਦਾ ਤਾਂ ਉਸਨੂੰ ਨਾਲ ਦੇ ਨਾਲ ਹੀ ਕਿਸ ਤਰ੍ਹਾਂ ਅਸੀਂ ਕੰਮ ਕਰਨਾ, ਕਿਸ ਤਰ੍ਹਾਂ ਉਹਨੂੰ ਡਿਸਪੋਜ਼ ਕਰਕੇ ਉਹਨੂੰ ਲੈ ਕੇ ਜਾਣਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਲਰਟਨੈਸ ਕਿੰਨੀ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ 'ਚ 15 ਅਗਸਤ ਵੀ ਆ ਰਿਹਾ, ਇਸ ਕਰਕੇ ਇਸ ਪੂਰੇ ਏਰੀਆ ਨੂੰ ਸੀਲ ਕਰ ਦਿੱਤਾ ਗਿਆ। ਔਰ ਤਸਵੀਰਾਂ ਤੁਸੀਂ ਵੇਖੋ, ਅੰਦਰ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਜਿਹੜਾ ਪੂਰਾ ਏਰੀਆ ਨੂੰ ਸੀਲ ਕਰਕੇ ਅੰਦਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਕਿ ਪੂਰੇ ਇੱਕ ਤਰੀਕੇ ਦੇ ਨਾਲ। ਇਹ ਨਹੀਂ ਹੈ ਕਿ ਮੌਕ ਡਰਿਲ ਹੈ ਤਾਂ ਤੁਸੀਂ ਬਿਲਕੁਲ ਇਸ ਤਰ੍ਹਾਂ ਦਾ ਕਰੋ ਡੀਲ ਵਰਤੋ, ਇਹ ਪੂਰੇ ਤਰੀਕੇ ਦੇ ਨਾਲ ਪੂਰੇ ਅਫਸਰ ਅੰਦਰ ਮੌਜੂਦ ਹੈ ਔਰ ਇੱਕ ਇੱਕ ਪੁਆਇੰਟ ਤੇ ਪੂਰਾ ਚੈੱਕ ਕੀਤਾ ਜਾ ਰਿਹਾ, ਇੱਕ ਇੱਕ ਪੁਆਇੰਟ ਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ, ਇੱਕ ਇੱਕ ਰੂਮ ਨੂੰ ਖੰਗਾਲ ਕੇ ਬੌਮ ਡੌਗ ਸਕਿਊਰਡ ਦੇ ਜਿਹੜੇ ਮੈਟਲ ਡਿਟੈਕਟਰ ਹੁੰਦੇ ਆ ਉਹਨਾਂ ਦੇ ਪੂਰਾ ਜਿਹੜਾ ਹੈਗਾ ਚੈਕਿੰਗ ਕੀਤੀ ਜਾ ਰਹੀ ਹੈ। ਔਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਲੇਕ, ਬਿਲਕੁਲ ਸੁਖਨਾ ਲੇਕ ਦੇ ਨਾਲ ਜਿਹੜਾ ਲੇਕ ਕਲੱਬ ਹੈ ਉੱਥੇ ਦੀ ਇਹ ਤਸਵੀਰਾਂ ਨੇ ਜਿੱਥੇ ਪੂਰਾ ਚੰਡੀਗੜ੍ਹ ਪੁਲਿਸ ਵੱਲੋਂ ਘੇਰਾ ਪਾ ਕੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਐਕਸਕਲੂਸਿਵ ਤਸਵੀਰਾਂ ਨਿਊਜ਼ 18 ਤੇ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ ਜੇਕਰ ਗੱਲ ਕਰੀਏ ਕਿਸ ਤਰੀਕੇ ਕਿੰਨੀ ਅਲਰਟ ਹੈ, ਇਹ ਵੀ ਬਹੁਤ ਅਹਿਮ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ।